बिस्मिल्लाहिर्रहमानिर्रहीम। असी अज मौजूद हाँ भाई मुहम्मद बूटा होरां दे नाल। भाई मुहम्मद बूटा पंजाबी वसेब, पंजाबी रहतल बैतल दी एक बहुत वड्डी यादगार ने साडे कोल, जिन्हां दे कोल बहुत सारियां मालूमात ने, बहुत सारा इलमी खजाना है। हीर वारस शाह, सस्सी पुन्नू, सोनी महिवाल, कलाम मियां मुहम्मद बख्श, मौलवी गुलाम रसूल साहब दा कलाम, इन्हां नूं याद है। तो इस तो अलावा पंजाब दी रहतल बैतल, पंजाब दी वसों, पंजाब दे वसेब दे ये एक बहुत वड्डे तर्जमान ने। इन्हां दी उम्र इस वक्त 88 साल है। पाकिस्तान बनदिया इन्हां वेख्या है, तो असी इन्हां दे नाल गलबात करांगे। अस्सलामु अलैकुम जी। अच्छा जी, पा मुहम्मद बूटा साहब, सानू ये दसो कि तुहाडा पिंड जिहड़ा है कोटली आदू, ये किड्डा कु वड्डा पिंड सी जिथे तुसी रहिंदे रहे हो शुरू तो? पिंड छोटा ही सी, सिख मालक सन, सिखा ने जी भाए हर कम करन वाले बस। खैर, अच्छा जी, ते नाल जिहड़ा लागवा पिंड है अब्दाल, उत्थे भी रहे हो कुछ चिर? हाँ, रह रहे। ठीक है, ते अब्दाल फिर क्यों छड्डिया तुसा? उत्थे साडा झगड़ा हो गया। अब्दाल जिला गुजराना दा एक, गुजराना दे नवाह दे विच एक बड़ा वड्डा पिंड है। हाँ। बड़ा पुराना पिंड है। ओ एक टिब्बे दे उत्ते वे, उत्थे खै ते वे खतरियां दे चुबारे बने बड़े चिरदे आइए भी अड़े। ठीक है जी, ते अब्दाल झगड़ा हो गया सी फिर तुहाडा? हाँ। ते उदों तुसी मतलब छोटे ही सो? हाँ, छोटे ही सन। ते फिर तुहाडे वालदैन कोटली आदू आ गए? हाँ, इत्थे ताया हुंदा सी। अच्छा अच्छा अच्छा, ते कोटली आदू तुसी किन्ना चिर फिर रहे? काफ़ी देर रहे, हुण ही उत्थों निकले हैं साहब। अच्छा, हुण आए हो। ते ऐ दसो कि जिहड़ा अपना तुसी अब्दाल जदों आए सो, उदों तुहाडे जिहड़े वड्डे सन उह पिछों कित्थों आए फिर? ਪਿੱਛੋਂ ਉਹ ਕਦੇ ਵਡੇਰੇ ਆਉਂਦੇ ਹਨ, ਇਹ ਖਲੀਲ ਚੱਕ ਰਹਿੰਦੇ ਆ। ਖਲੀਲ ਚੱਕ ਕਿਹੜਾ ਇਲਾਕਾ ਹੋਇਆ ਜੀ? ਚਲੋ, ਪਿਆ ਨਿਕਲਦਾ ਹੁੰਦਾ ਸੀ, ਸਿੱਧਾ ਜਾਂਦਾ ਸੀ ਖਲੀਲ ਚੱਕ। ਅੱਛਾ ਜੀ, ਵਾ ਲੰਘ ਕੇ ਅਤੇ ਵਗੂ ਪਿਆ ਨਿਕਲ ਜਾਂਦਾ। ਠੀਕ ਹੋ ਗਿਆ ਜੀ। ਅਤੇ ਇਹ ਦੱਸੋ ਕਿ ਜਿਹੜੀ ਆਪਣਾ ਵਾਈ ਬੀ ਜੀ ਸੀ, ਇਹ ਜ਼ਿਆਦਾ ਇਹ ਜਿਹੜਾ ਇਲਾਕਾ ਸਾਡਾ ਸੀ, ਇੱਥੇ ਕਿਹੜੀ ਕਿਹੜੀ ਫਸਲ ਉਸ ਟਾਈਮ ਹੁੰਦੀ ਸੀ ਪਾਕਿਸਤਾਨ ਬਣਨ ਦੇ ਵੇਲੇ? ਉਦੋਂ ਸਿਰਫ ਇਹ ਹੀ ਸੀ ਕਣਕ ਅਤੇ ਮੁੱਗੀ ਬਸ, ਦੋਵੇਂ ਫਸਲ। ਅੱਛਾ, ਕੋਈ ਕਮਾਦ ਵੀ ਲੱਗਦਾ ਸੀ ਉਸ ਟਾਈਮ? ਵੀ ਲੈਂਦੇ ਹਨ ਥੋੜ੍ਹਾ ਥੋੜ੍ਹਾ ਕਮਾਦ, ਬਸ ਆਪਣੇ ਖਾਣ ਪੀਣ ਵਾਸਤੇ। ਅੱਛਾ ਅੱਛਾ, ਖਾ ਲੈਣੇ, ਰੱਖਣਾ, ਗੁੜ ਬਣਾ ਲੈਣਾ। ਹਾਂ, ਰੋਹ ਦੀ ਖੀਰ ਸ਼ੀਰ ਉਹ ਸਾਲ ਭਰ ਉਹ ਗੁੜ ਦੇ ਖਾਂਦਿਆਂ ਫਿਰਨਾ। ਅਤੇ ਸਬਜ਼ੀਆਂ ਵੀ ਕੋਈ ਲੱਗਦੀਆਂ ਹਨ ਉਦੋਂ? ਸਬਜ਼ੀਆਂ ਆਪਣੇ ਖਾਣ ਵਾਸਤੇ। ਅੱਛਾ ਅੱਛਾ, ਖਾਣ ਵਾਸਤੇ ਲਾਈਏ। ਠੀਕ ਹੈ ਜੀ, ਅਤੇ ਤੁਸੀਂ ਆਪਣਾ ਨੰਦੀਪੁਰ ਪਾਵਰ ਹਾਊਸ ਅਤੇ ਕੋਟਲੀ ਆਦੂ ਅਬਦਾਲ ਜਾਂਦੇ ਹਾਂ, ਜਿਹੜਾ ਰਸਤੇ 'ਚ ਪੁੱਲ ਆਉਂਦਾ ਸੋਆ, ਉਹਦੇ ਵਿਚਕਾਰ ਜਿਹੜਾ ਇਲਾਕਾ ਹੈ ਡੇਰਾ ਚਾਹ ਕਸ਼ਮੀਰੀਆਂ, ਜਿੱਥੇ ਕਿ ਪੱਟੀ ਬਰਾਦਰੀ ਦਾ ਇਲਾਕਾ ਸੀ, ਸਾਰੇ ਪੱਟੀ ਬਰਾਦਰਾਂ ਉੱਥੇ ਰਹੇ ਨੇ ਔਰ ਉਹ 120-130 ਸਾਲ ਤੋਂ ਉੱਥੇ ਆਬਾਦ ਨੇ। ਹੁਣ ਵੀ ਡੇਰਾ ਮੌਜੂਦ ਹੈ, ਲੇਕਿਨ ਚਲੋ ਮੁੰਤਕਿਲ ਹੋ ਗਏ ਨੇ ਆਪਣੇ ਸ਼ਹਿਰਾਂ ਨੂੰ, ਜਾਂ ਕੁਛ ਉੱਥੇ ਨੰਦੀਪੁਰ ਪਾਵਰ ਹਾਊਸ ਗੇਟ 'ਤੇ ਟੁਰ ਗਏ ਨੇ। ਤੁਸੀਂ ਇਹ ਦੱਸੋ, ਤੁਸੀਂ ਉਸ ਡੇਰੇ 'ਤੇ ਕਿਸ ਤਰ੍ਹਾਂ ਆਏ? ਡੇਰੇ 'ਤੇ ਬਸ ਇਸ ਤਰ੍ਹਾਂ ਹੀ ਆਏ ਹਾਂ, ਉਹਦੀ ਮਜ਼ਦੂਰੀ ਕਰਨ ਵਾਸਤੇ ਆਇਆ ਹਾਂ। ਮੁੰਜੀ ਲਵਾਈ ਅਤੇ ਦਾਣੇ ਦਿਲ ਲਾਏ, ਫਿਰ ਹੌਲੀ ਹੌਲੀ ਪੱਕਾ ਹੀ ਹੋ ਗਿਆ ਡੇਰੇ 'ਤੇ, ਕਰਦੇ ਰਹੇ ਅਕਬਰ ਦੇ ਨਾਲ ਕੰਮ, ਅਕਬਰ ਵਾਲੀ ਭੱਟੀ ਸਾਹਿਬ ਦੇ ਨਾਲ। ਹਾਂ, ਫਿਰ ਉਹਨੇ ਘਰ 'ਚ ਹੀ ਜ਼ਿੰਦਗੀ ਗੁਜ਼ਾਰ ਛੱਡੀ। ਵਾਹਵਾ ਵਾਹਵਾ, ਲੰਮਾ ਅਰਸਾ ਗੁਜ਼ਾਰਿਆ। ਹਾਂ, ਅਤੇ ਇਹ ਦੱਸੋ ਜਿਹੜੇ ਅਕਬਰ ਅਲੀ ਭੱਟੀ ਮਰਹੂਮ ਜਿਹੜੇ ਵਾਲਦ ਸਨ, ਜਿਹੜੇ ਕਿ ਪੰਜਾਬੀ ਦੇ ਬੜੇ ਸੂਫੀ ਸ਼ਾਇਰ ਵੀ ਸਨ,
ਔਰ ਹਕੀਮ ਵੀ ਸਨ ਔਰ ਲੋਕਾਂ 'ਚੋਂ ਦੁਨੀਆ ਉਹਨਾਂ ਨੂੰ ਹਕੀਮ ਹਾਜੀ ਮੁਹੰਮਦ ਬੱਟੀ ਰਹਿਮਤੁੱਲਾ ਅਲੈਹ ਦੇ ਨਾਂ ਦੇ ਨਾਲ ਜਾਣਦੀ ਹੈ ਔਰ ਉਹਨਾਂ ਦੀ ਕਿਤਾਬ ਯੂਸਫ ਜ਼ੁਲੈਖਾ ਏ ਹਾਜੀ ਹੁਣ ਮੌਜੂਦ ਹੈ ਔਰ ਮੈਨੂੰ ਵੀ ਸ਼ਰਫ ਹਾਸਲ ਹੈ ਕਿ ਮੈਂ ਉਸ ਬਾਰੇ 'ਚ ਥੋੜ੍ਹਾ ਜਿਹਾ ਤਹਿਕੀਕੀ ਕੰਮ ਕੀਤਾ ਮਜ਼ੀਦ ਵੀ ਕੰਮ ਕਰਾਂਗੇ ਉੱਤੇ ਇਨਸ਼ਾਅੱਲਾ ਤਾਲਾ ਤੁਹਾਡੇ ਕੋਲ ਅੱਜ ਉਹਨਾਂ ਦੇ ਬਾਰੇ ਪੁੱਛਦੇ ਹਾਂ ਕਿ ਤੁਸੀਂ ਉਹਨਾਂ ਦੇ ਵਾਲਿਆਂ ਨਾਲ ਕੋਈ ਇਹ ਦੱਸੋ ਕਿ ਤੁਹਾਡੀ ਕੋਈ ਮੁਲਾਕਾਤ ਉਹਨਾਂ ਦੇ ਨਾਲ ਕੋਈ ਹੋਈ ਹੈ ਬਕਾਇਦਾ ਨਹੀਂ ਉਸ ਤਰ੍ਹਾਂ ਨਹੀਂ ਬਲਕਿ ਜਾਣਦੇ ਹਾਂ ਲੱਗਦਾ ਲੁੰਗਦਾ ਕਿਲੇ ਨੰਦੀਪੁਰ ਤੁਰ ਕੇ ਹੀ ਜਾਈਦਾ ਸੀ ਨਾ ਕਿਲੇ ਜਾਣਾ ਪਵੇ ਤਾਂ ਖਲੋਤੇ ਨੇ ਸਲਾਮ ਅਲੈਕੁਮ ਵਾਲੇਕੁਮ ਸਲਾਮ ਖੈਰ ਨਹੀਂ ਭਾਈ ਸੀ ਅਤੇ ਉਹ ਜਿਹੜਾ ਤੁਸੀਂ ਵਾਕਿਆ ਅਕਸਰ ਸੁਣਾਉਂਦੇ ਹੁੰਦੇ ਹੋ ਕਿ ਹਲਕੇ ਕੁੱਤੇ ਨੂੰ ਦੇ ਮਗਰ ਤੁਸੀਂ ਗਏ ਉਹ ਜਿਹੜਾ ਵੱਢ ਰਿਹਾ ਸੀ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਅਤੇ ਉਦੋਂ ਤੁਹਾਡੀ ਮੁਲਾਕਾਤ ਹਾਜੀ ਹੋਰਾਂ ਨਾਲ ਹੋਈ ਕੁਝ ਉਹਦੇ ਬਾਰੇ ਦੱਸੋ ਬਾਈ ਉਹਨਾਂ ਪੁੱਛਿਆ ਕਿ ਉਹਨਾਂ ਆਵਾਜ਼ ਦਿੱਤੀ ਕੁੱਤਾ ਹਲਕਾ ਰਿਹਾ ਜੇ ਬੱਜਾ ਜੇ ਉਹ ਲਾਭੇ ਹੋ ਗਏ ਉਹਦੀ ਨਹਿਰ ਸੀ ਤੇ ਸੂਆ ਤੇ ਆਈ ਨਹੀਂ ਸੀ ਨਾ ਉਦੋਂ ਅੱਛਾ ਜੀ ਉਹ ਫਿਰ ਲਾਭੇ ਹੋ ਗਿਆ ਉਹ ਆਖਣ ਲੱਗੇ ਤੁਸੀਂ ਆਖਦੇ ਹੋ ਕਹਿ ਤੇ ਮੈਂ ਮੁੰਡਿਆਂ ਨੂੰ ਸੱਦ ਕੇ ਇੱਥੇ ਇਹਨੂੰ ਮਰਵਾ ਦਿੰਦੇ ਫਿਰ ਹੀ ਉਹਦੇ ਮਗਰ ਭੱਜਦੇ ਭੱਜਦੇ ਜਾ ਕੇ ਠਿੱਕਰ ਕੇ ਆ ਅਤੇ ਜਾ ਕੇ ਮਾਰਿਆ ਮਾਰ ਕੇ ਤੇ ਫਿਰ ਹੀ ਆਏ ਠੀਕ ਹੈ ਅਤੇ ਉਦੋਂ ਆਈਏ ਤੁਸੀਂ ਡੇਰੇ 'ਤੇ ਨਹੀਂ ਸੁਆਏ ਨਾ ਸਹੀ ਹੋ ਗਿਆ ਅਤੇ ਫਿਰ ਜੋ ਤੁਸੀਂ ਡੇਰੇ 'ਤੇ ਆਏ ਅਤੇ ਪਹਿਲੀ ਵਾਰੀ ਤੁਸੀਂ ਅਕਬਰ ਅਲੀ ਭੱਟੀ ਸਾਹਿਬ ਕੋਲ ਆ ਕੇ ਠਹਿਰੇ ਅਤੇ ਉਦੋਂ ਜਿਹੜਾ ਤੁਹਾਡਾ ਉਹਨਾਂ ਦੇ ਨਾਲ ਤੈਅ ਹੋਇਆ ਸੀ ਜਿਹੜਾ ਹਾੜੀ ਸੋਣੀ ਉਹ ਕੀ ਸੀ ਜ਼ਰਾ ਉਸ ਬਾਰੇ ਕੋਈ ਦੱਸੋ ਉਦੋਂ ਇਹ ਸੀ ਕਿ ਦਾਣੇ ਦੇਣੇ ਲੈਣੇ ਜਿੰਨੇ ਕਰ ਲੈਣੇ ਨੇ ਉਹਨੇ ਨੇ ਠੀਕ ਹੈ ਅੱਜ ਇੰਨੀ ਮੁੰਜੀ ਦਿਆਂਗੇ ਅਤੇ ਇੰਨੀ ਕਣਕ ਦਿਆਂਗੇ ਅੱਛਾ ਜੀ ਕੀ ਤੈਅ ਹੋਇਆ ਉਦੋਂ ਫਿਰ ਤੁਹਾਡਾ ਉਹ ਵਕਤ 'ਚ ਇਹ ਸੀ ਕਿ ਲਾ ਲਓ ਤੁਸੀਂ ਜੋ ਮਾਣੀ ਆ ਮੁੰਜੀ ਅਤੇ ਮਾਣੀ ਕਣਕ ਉਹਨਾਂ ਤੁਹਾਨੂੰ ਦੂਜਿਆਂ ਨਾਲ ਵੱਧ ਤੈਅ ਕੀਤਾ ਤੁਹਾਡੇ ਨਾਲ ਅਤੇ ਬੜੇ ਦਿਲ ਵਾਲੇ ਬੰਦੇ ਸਨ ਅਕਬਰ ਅਲੀ ਭੱਟੀ ਅਤੇ ਕੀ ਤੈਅ ਹੋਇਆ ਤੁਹਾਡਾ ਦੋ ਮਾਣੀ ਆ ਮੁੰਜੀ ਅੱਛਾ ਅਤੇ ਮਾਣੀ ਕਣਕ ਦੋ ਮਾਣੀ ਆ ਮੁੰਜੀ ਅਤੇ ਮਾਣੀ ਦੜੋਪਾ ਮੁੰਜੀ ਅਤੇ ਸੌ ਦੜੋਪਾ ਕਣਕ ਅਤੇ ਦੂਜੇ ਕਿੰਨਾ ਦਿੰਦੇ ਹਨ ਉਦੋਂ ਆਮ ਜ਼ਿੰਮੇਦਾਰ ਜਿਹੜੇ ਸਨ ਇੰਨੇ ਸੀ ਕਿ ਦੋ ਮਾਣੀਆਂ ਡੇਢ ਮਾਣੀ ਦੋ ਮਾਣੀਆਂ ਬਸ ਅਤੇ ਅਕਬਰ ਅਲੀ ਭੱਟੀ ਸਾਹਿਬ ਨੇ ਵਾਧੂ ਕਿੰਨਾ ਦਿੱਤਾ ਉੱਤੇ ਉਹਨੂੰ ਢਾਈ ਮਾਣੀਆਂ ਕੀਤਾ ਉਹਨਾਂ ਨੇ ਵਾਧੂ ਕੀਤਾ ਮੇਰੇ ਨਾਲ ਡੇਢ ਮਾਣੀ ਅੱਛਾ ਨਹੀਂ ਦੂਜੇ ਡੇਢ ਮਾਣੀ ਦਿੰਦੇ ਹਾਂ ਉਹਨਾਂ ਦੋ ਮਾਣੀ 'ਚ ਰੱਖਿਆ ਤੁਹਾਨੂੰ ਠੀਕ ਹੈ ਅਤੇ ਇਹਦਾ ਮਤਲਬ ਇਹ ਕਿ ਅਤੇ ਫਿਰ ਤੁਸੀਂ ਉਹਨਾਂ ਦੇ ਕੋਲ ਫਿਰ ਤਕਰੀਬਨ ਸਾਰੀ ਉਮਰ ਗੁਜ਼ਾਰ ਛੱਡੀ ਬੜਾ ਚਿਰ ਗੁਜ਼ਾਰ ਠੀਕ ਹੈ ਆਪਦੀ ਜੀਵੀ ਬੇਟੀ ਸੀ ਅਤੇ ਫਿਰ ਮੈਂ ਵਿੱਚੋਂ ਨਿਕਲ ਆਇਆ ਠੀਕ ਹੈ ਬਿਹਤਰ ਹੈ ਅਤੇ ਇਹ ਦੱਸੋ ਕਿ ਆਪਣਾ ਉਸ ਡੇਰੇ ਦੇ ਉੱਤੇ ਤੁਸੀਂ ਰਹੇ ਹੋ ਕੋਈ ਦੱਸੋ ਕਿ ਡੇਰਾ ਕਿੰਨਾ ਕੁ ਆਬਾਦ ਸੀ ਤੁਹਾਡੇ ਵੇਖਣ 'ਚ ਉਹਦੇ ਤਾਂ ਡੇਰੇ 'ਤੇ ਅੱਲਾ ਦੀ ਰਹਿਮਤ ਸੀ ਅੱਛਾ ਜੀ ਬੰਦੇ ਹੀ ਬੰਦੇ ਹੁੰਦੇ ਸਨ ਚੀਪ ਜੀਪ ਮੈਂ ਸਾਰੀ ਰਾਤ ਨੂੰ ਵੀ ਖੇਡਦੇ ਹੀ ਲੱਗ ਜਾਣੀ ਤੁਹਾਡਾ ਵਕਤ ਜਿਹੜਾ ਸੀ ਬਸ ਜਦੋਂ ਜੀ ਕਿਲੇ ਛੁੱਟੀਆਂ ਦਾ ਟਾਈਮ ਆਉਣਾ ਕੁੜੀਆਂ ਵੀ ਆਪਣੇ ਬਾਲ ਲੈ ਕੇ ਚਲੋ ਬਈ ਉੱਥੇ ਚੱਲ ਕੇ ਡੇਰੇ 'ਤੇ ਰਹਿੰਦੇ ਆ ਉਹਨਾਂ ਆਣ ਕੇ ਇੱਥੇ ਡੇਰੇ 'ਤੇ ਬਾਲਾਂ ਨੇ ਸੂਬੇ 'ਚ ਨਹਾਉਣਾ ਨਹਾਉਣਾ ਉਹਨਾਂ ਪਤਾ ਬੜਾ ਕੁਝ ਹੋਣਾ ਜਾਂ ਖੂਹ ਵਗਦਾ ਹੋਣਾ ਅਤੇ ਉਹ ਨਹਾਉਣਾ ਹੈ ਉਹ ਨਾ ਖੂਹ ਰਹਿ ਗਿਆ ਅਤੇ ਨਾ ਨਹਿਰ ਰਹਿ ਉਹ ਗੱਲਾਂ ਨਾ ਰਹੀਆਂ ਉਹ ਬਾਤਾਂ ਨਾ ਰਹੀਆਂ ਅਤੇ ਸ਼ਾਮ ਨੂੰ ਤਾਂ ਉੱਥੇ ਫਿਰ ਬੜਾ ਰਸ਼ ਹੁੰਦਾ ਹੋਏਗਾ ਸੂਏ 'ਤੇ ਅਤੇ ਆਪਣਾ ਸ਼ਾਮ ਨੂੰ ਤਾਂ ਮੈਂ ਕੁਰਬਲ ਕੁਰਬਲ ਹੁੰਦੀ ਹੋਣੀ ਹੈ ਬਾਲਾਂ ਦੀ ਵੀ ਅਤੇ ਬਾਕੀ ਛੋਟੇ ਵੱਡੇ ਗੱਲਾਂ ਛੱਲਾਂ ਗੱਲਾਂ ਮਾਰ ਲਈ ਅਤੇ ਇਹ ਦੱਸੋ ਕਿ ਆਪਣਾ ਉੱਥੇ ਡੇਰੇ 'ਤੇ ਪੈਲੀਆਂ ਦੇ ਵਿੱਚ ਉਹ ਸੁਣਿਆ ਬਹਿਕਾਂ ਬਹਿੰਦੀਆਂ ਹਨ ਕੁਛ ਉਸ ਬਾਰੇ ਦੱਸੋ ਫਸਲ ਜਦੋਂ ਇੱਕ ਆ ਜਾਂਦੀ ਸੀ ਤਾਂ ਉਸ ਤੋਂ ਬਾਅਦ ਬਹਿਕਾਂ ਬਣਦੇ ਸਨ ਆਹੋ ਫਸਲ ਡੰਗਰ ਪੈਲੀਆਂ 'ਚ ਬਲਣੇ ਕੇ ਅੱਛਾ ਅਤੇ ਬਣ ਕੇ ਉੱਥੇ ਹੀ ਸੌਣਾ ਅਤੇ ਇਹ ਫਿਰ ਜਿਹੜਾ ਉਹ ਗੋਬਰ ਹੁੰਦਾ ਸੀ ਆਪਣਾ ਗੋਹਾ ਸ਼ੋਇਆ ਉਹ ਫਿਰ ਉਹਨੂੰ ਮੱਲੜ ਮੱਲੜ ਆਉਂਦੇ ਹਨ ਨਹੀਂ ਜ਼ਮੀਨ 'ਚ ਹੀ ਰਲਦਾ ਸੀ ਅੱਛਾ ਉਹਨੂੰ ਮੱਲੜ ਆਖਦੇ ਨੇ ਹਾਂ ਉਹਨੂੰ ਮੱਲੜ ਠੀਕ ਹੈ ਵਾਹ
ਕਰਾਂ।